ਡਾਲਾ ਤੋਂ ਅਕਾਲੀ ਵਰਕਰ ਫਗਵਾੜਾ ਰੈਲੀ ਵਿੱਚ ਪੁੱਜੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਫਗਵਾੜਾ ਵਿਖੇ ਇਤਿਹਾਸਕ ਰੈਲੀ ਕੱਢੀ ਗਈ, ਜਿਸ ਦੌਰਾਨ ਹਲਕਾ ਪਲਾਤ ਤੋਂ ਸਾਬਕਾ ਵਿਧਾਇਕਾ ਬੀਬੀ ਜਗੀਰ ਕੌਰ ਅਤੇ ਯੁਵਰਾਜ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਸੈਂਕੜੇ ਹੀ ਅਕਾਲੀ ਵਰਕਰ ਆਗੂਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਰੈਲੀ ਦੀ ਅਗਵਾਈ ਸਾਬਕਾ ਉਪ ਮੰਤਰੀ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਅਤੇ ਬੀਬੀ ਜਗੀਰ ਕੌਰ ਨੇ ਕੀਤੀ। ਫਗਵਾੜਾ ਦੇ ਬਾਈਪਾਸ ਵਿਖੇ ਕਈ ਘੰਟਿਆਂ ਤੱਕ ਅਕਾਲੀ ਆਗੂਆਂ ਨੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕਰਦੇ ਹੋਏ ਕਾਂਗਰਸ ਪਾਰਟੀ ਦੇ ਮੰਤਰੀ ਧਰਮਸੋਤ ਅਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਐਸ ਸੀ ਸਕਾਲਰਸ਼ਿਪ 'ਚ ਹੋਏ ਕਰੋੜਾਂ ਰੁਪਏ ਦੇ ਘਪਲੇ ਦਾ ਦੋਸ਼ ਲਾਉਂਦੇ ਹੋਏ ਜਿਹੜਾ ਧਰਨਾ ਹੈ ਉਚੇਚੇ ਤੌਰ ਤੇ ਆਪਣੇ ਐਸ ਸੀ ਤੇ ਬੀ ਸੀ ਬੱਚਿਆਂ ਦੇ ਜਿਹੜੇ ਵਜ਼ੀਫੇ ਆ, ਜਿਹੜੇ ਮੰਤਰੀ ਕਾਂਗਰਸ ਦੇ ਸਾਧੂ ਸਿੰਘ ਧਰਮਸੋਤ, ਜਿਨ੍ਹਾਂ ਨੇ ਬਹੁਤ ਵੱਡਾ ਘਪਲਾ ਜਿਹੜਾ ਹੈ ਗਰੀਬ ਪਰਿਵਾਰਾਂ ਦੇ ਬੱਚਿਆਂ ਨਾਲ ਕੀਤਾ, ਜਿਨ੍ਹਾਂ ਦੀਆਂ ਵਜ਼ੀਫਿਆਂ ਕਰਕੇ ਕਈ ਪਰਿਵਾਰਾਂ ਦੇ ਬੱਚੇ ਜਿਹੜੇ ਘਰਾਂ 'ਚ ਬੈਠੇ ਆ ਕੇ ਪੜ੍ਹ ਨਹੀਂ ਸਕੇ, ਉਹਨਾਂ ਨੂੰ ਹੱਕ ਦਿਵਾਉਣ ਵਾਸਤੇ ਜਿਹੜਾ ਅਤੇ ਧਰਮਸੋਤ ਨੂੰ ਸਜ਼ਾ ਦਿਵਾਉਣ ਵਾਸਤੇ ਇਹ ਧਰਨਾ ਜਿਹੜਾ ਅੱਜ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਉੱਥੇ ਦਿੱਤਾ ਜਾ ਰਿਹਾ, ਜਿਹਦੇ ਵਿੱਚ ਅੱਜ ਦੁਆਬਾ ਪੂਰਾ ਦੁਆਬਾ ਜਿਹੜਾ ਉੱਥੇ ਪਹੁੰਚੂਗਾ। 23 ਹਲਕਿਆਂ ਦੀ ਸ਼ਮੂਲੀਅਤ ਉੱਥੇ ਹੈਗੀ ਆ। ਬਹੁਤ ਸਤਿਕਾਰਯੋਗ ਬੀਬੀ ਜਗੀਰ ਕੌਰ ਜੀ, ਜਿਨ੍ਹਾਂ ਦੀ ਅਗਵਾਈ 'ਚ ਇਸ ਦੁਆਬਾ ਜ਼ੋਨ ਦਾ ਜਿਹੜਾ ਧਰਨਾ ਹੈ ਫਗਵਾੜੇ ਦਿੱਤਾ ਜਾਣਾ ਹੈ, ਅਤੇ ਲੋਕਾਂ 'ਚ ਵੀ ਬਹੁਤ ਵੱਡਾ ਇਹ ਰੋਸ ਵੀ ਹੈਗਾ ਵੀ ਇਹ ਜਿਹੜਾ ਧੱਕਾ ਇਹ ਸਰਕਾਰ ਦੇ ਮੰਤਰੀਆਂ ਨੇ ਕੀਤਾ। ਪਰ ਸਭ ਤੋਂ ਦੁੱਖ ਦੀ ਗੱਲ ਇਹ ਹੈ ਵੀ ਜਿਹੜੇ ਮੁੱਖ ਮੰਤਰੀ ਪੰਜਾਬ ਆ, ਉਹ ਹਰ ਮਸਲੇ ਦੇ ਵਿੱਚ ਆਪਣੇ ਮੰਤਰੀਆਂ ਨੂੰ ਕਲੀਨ ਚਿੱਟ ਦਿੰਦੇ ਆ, ਚਾਹੇ ਕਿਸੇ ਵੀ ਤਰ੍ਹਾਂ ਦੇ ਘਪਲੇ ਦਾ ਮਸਲਾ ਹੋਵੇ, ਅਤੇ ਉਸ ਦੇ ਉੱਤੇ ਅੱਜ ਜਿਹੜਾ ਰੋਸ ਹੈ ਪੂਰੇ ਪੰਜਾਬ 'ਚ ਲੋਕਾਂ ਨੂੰ ਆਇਆ ਵੀ ਤਕਰੀਬਨ 3.5-4 ਸਾਲ ਸਰਕਾਰ ਨੂੰ ਹੋਏ ਆ ਪੰਜਾਬ 'ਚ, ਅਤੇ ਅੱਜ ਸਰਕਾਰ ਨਾਂ ਦੀ ਕੋਈ ਚੀਜ਼ ਜਿਹੜੀ ਪੰਜਾਬ ਦੇ ਵਿੱਚ ਨਹੀਂ ਦਿਖਦੀ। ਲਾਅ ਐਂਡ ਆਰਡਰ ਦੀ ਗੱਲ ਕਰੀਏ ਜਾਂ ਕਿਸੇ ਹੋਰ ਡਿਵੈਲਪਮੈਂਟ ਦੀ ਗੱਲ ਕਰੀਏ, ਅੱਜ ਸਭ ਕੁਝ ਜਿਹੜਾ ਬੰਦ ਉਹ ਪੰਜਾਬ ਦੇ ਵਿੱਚ ਬੰਦ ਪਿਆ, ਉਸ ਨੂੰ ਆਧਾਰ ਲੈ ਕੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਪਾਰਟੀ ਮੰਨੀ ਜਾਣ ਵਾਲੀ, ਉਹਨਾਂ ਦੇ ਹੱਕਾਂ ਦੀ ਲੜਾਈ ਲੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਇਹ ਹੋਂਦ ਚਾਹੀ ਸੀ। 100 ਸਾਲ ਪੁਰਾਣੀ ਪਾਰਟੀ ਹੈ ਅਤੇ ਉਹੀ ਜਿਹੜੀ ਪਾਰਟੀ ਦਾ ਟ੍ਰੈਂਡ ਚੱਲਦਾ ਸੀਗਾ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਕਿਸਾਨਾਂ ਲਈ ਅਤੇ ਮਜ਼ਲੂਮਾਂ ਵਾਸਤੇ ਉਹਨਾਂ ਦੇ ਹੱਕਾਂ ਲਈ ਜਿਹੜੀ ਉਹ ਲੜਾਈ ਹੈ ਉਹ ਸ਼ੁਰੂ ਕੀਤੀ ਹੈ, ਅਤੇ ਉਹ ਸਿਖਰ ਤੱਕ ਲੈ ਕੇ ਜਾਵਾਂਗੇ।